ਕਿ ਮੰਡੀ ਦੇ ਵਿੱਚ ਦੋ ਤਰ੍ਹਾਂ ਦੇ ਇੱਥੇ ਠੇਕੇ ਨਿਲਾਮ ਕੀਤੇ ਜਾਂਦੇ ਆ, ਇੱਕ ਪਾਰਕਿੰਗ ਦੇ ਨਾਂ 'ਤੇ ਠੇਕਾ ਇੱਥੇ ਦਿੱਤਾ ਜਾਂਦਾ ਅਤੇ ਦੂਸਰਾ ਇੱਥੇ ਕੰਟੀਨ ਦੇ ਨਾਂ 'ਤੇ ਠੇਕਾ ਦਿੱਤਾ ਜਾਂਦਾ। ਇੱਥੇ ਸਾਡੀ ਮੰਡੀ ਦੇ ਵਿੱਚ ਕੋਈ ਵੀ ਕੰਟੀਨ ਦੇ ਨਾਮ ਦੀ ਕੋਈ ਜਗ੍ਹਾ ਨਹੀਂ ਹੈਗੀ, ਉਸ ਕੰਟੀਨ ਦੇ ਨਾਮ 'ਤੇ ਠੇਕਾ ਦਿੱਤਾ ਜਾਂਦਾ। ਉਹ ਠੇਕੇਦਾਰ ਕੀ ਕਰਦਾ, ਉਹ ਠੇਕੇਦਾਰ ਆਪਣੇ ਕੰਟੀਨ ਦੇ ਜਿਹੜੇ ਪੈਸੇ ਵਸੂਲਣ ਵਾਸਤੇ ਮੰਡੀ 'ਚ ਜਿੰਨੇ ਵੀ ਚਾਹ ਪਾਣੀ ਵਾਲੇ, ਕੋਈ ਚਾਹ ਵੇਚਦਾ, ਕੋਈ ਗੰਨੇ ਦਾ ਰਸ ਵੇਚਦਾ, ਕੋਈ ਕੁਲਚੇ ਛੋਲੇ ਵੇਚਦਾ, ਕੋਈ ਪਾਨ ਬੀੜੀ ਵੇਚਦਾ, ਕੋਈ ਵੀ ਖਾਣ ਪੀਣ ਦੀ ਚੀਜ਼ ਇੱਥੇ ਵਰਤਦਾ ਵੇਚਦਾ, ਉਹਦੇ ਕੋਲੋਂ ਮਨ ਮਰਜ਼ੀ ਦੇ ਪੈਸੇ ਰੋਜ਼ ਦੇ ਰੋਜ਼ ਉਹਨਾਂ ਦੀ ਜੇਬਾਂ 'ਚੋਂ ਕੱਢ ਲਏ ਜਾਂਦੇ। ਲਗਭਗ 100 ਦੇ ਕਰੀਬ ਇੱਥੇ ਬੰਦਾ ਰੇਹੜੀਆਂ ਵਾਲੇ, ਫੜੀਆਂ ਵਾਲੇ ਹੈਗੇ ਜਿਹੜੇ ਚਾਹ ਪਾਣੀ ਦਾ ਇੱਦਾਂ ਦਾ ਖਾਣ ਪੀਣ ਦੇ ਸੌਦੇ ਲਾਉਂਦੇ ਆ। ਉਹ ਵਿਚਾਰੇ ਦਾ ਜੇ ਕਿਸੇ ਦਿਨ ਮੰਦਾ ਲੱਗ ਗਿਆ, ਕੋਈ ਬਾਰਿਸ਼ ਪੈ ਗਈ, ਗਾਹਕ ਨਹੀਂ ਆਇਆ, ਤਾਂ ਵੀ ਉਹ ਕਹਿੰਦੇ ਸਾਡੇ ਕੋਲ 200-250 ਰੁਪਈਆ ਲੈ ਜਾਂਦੇ, 400 ਰੁਪਈਆ ਅਸੀਂ ਕਮਾਉਂਦੇ ਹਾਂ, ਜੇ ਕਮਾਈ ਨਹੀਂ ਵੀ ਹੋਈ ਤਾਂ ਵੀ ਟੈਕਸ ਦੇਣਾ। ਆ ਪੂਰੇ ਮੰਡੀ ਦੇ ਕੰਪਲੈਕਸ ਵਿੱਚ ਇੱਕ ਸਕੇਅਰ ਫੁੱਟ ਜਗ੍ਹਾ ਐਸੀ ਨਹੀਂ ਜਿਹੜੀ ਇਹਨਾਂ ਦੇ ਮਾਸਟਰ ਪਲਾਨ 'ਚ ਪਾਰਕਿੰਗ ਨੂੰ ਇਮਬਾਰਕ ਹੋਏ। ਜੇ ਪਾਰਕਿੰਗ ਹੀ ਹੈ ਨਹੀਂ ਤਾਂ ਫਿਰ ਪਾਰਕਿੰਗ ਦਾ ਆਪਸ਼ਨ ਠੇਕਾ ਕਿਸ ਗੱਲ ਦਾ? ਇਹੀ ਕਹਿ ਰਹੇ ਹਾਂ ਕਿ ਜੇ ਤੁਸੀਂ ਆਪਸ਼ਨ ਕਰਵਾਉਣੀ ਹੈਗੀ ਹੈ, ਐਟਲੀਸਟ ਤੁਸੀਂ ਸਪੇਸ ਤਾਂ ਦਿਓ ਕੰਟੀਨ ਦੀ, ਕੰਟੀਨ ਖੜ੍ਹੀ ਤਾਂ ਕਰੋ। ਕੰਟੀਨ ਹੈ ਹੀ ਨਹੀਂ, ਪੇਪਰ 'ਚ ਅਸੀਂ ਕੰਟੀਨ ਸ਼ੋਅ ਕਰ ਰਹੇ ਹਾਂ, ਉੱਥੇ ਕੋਈ ਠੇਕੇਦਾਰ ਨਹੀਂ, ਕੋਈ ਚਾਹ ਦਾ ਸਮਾਨ ਨਹੀਂ, ਪ੍ਰੈਕਟੀਕਲੀ ਐਗਜ਼ਿਸਟ ਹੀ ਨਹੀਂ ਕਰਦੀ। ਜਿਹੜੀ ਚੀਜ਼ ਐਗਜ਼ਿਸਟ ਨਹੀਂ ਕਰਦੀ ਉਹਦਾ ਤੁਸੀਂ ਕਿਉਂ ਠੇਕਾ ਲੈ ਰਹੇ ਹੋ? ਕੁਛ ਪੋਲੀਟੀਸ਼ੀਅਨਸ, ਕੁਛ ਐਡਮਿਨਿਸਟ੍ਰੇਸ਼ਨ, ਜਿਹੜਾ ਪੈਸਾ ਇਕੱਠਾ ਹੁੰਦਾ ਕਿਸੇ ਨਾ ਕਿਸੇ ਪਾਸੇ ਜਾਂਦਾ, ਉਹਦਾ ਕੀ ਹਿਸਾਬ ਕਿਤਾਬ ਹੈਗਾ? ਇਹ ਕੁਛ ਕਹਿ ਸਕਦੇ ਕਿ ਮਸਲ ਮੈਨੇ ਦੇ ਮਗਰ ਹੈਗੇ ਜਿਹੜੇ ਜ਼ਬਰਦਸਤੀ ਪੈਸਾ ਇਕੱਠਾ ਕਰਕੇ ਗਰੀਬਾਂ ਕੋਲੋਂ